ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ ਭੈਣ ਭਰਾਵਾ ਮੈਂ ਮੀਟਿੰਗ ਅਨੁਸਾਰ ਠੀਕ ਠਾਕ ਹੋਵੋਗੇ ਅਤੇ ਅੱਜ ਮੈਂ ਫਿਰ ਨਵੀਂ ਵੀਡੀਓ ਲੈ ਕੇ ਆਇਆ ਅਤੇ ਅੱਜ ਅਸੀਂ ਬਣਾ ਲਿਆ ਇੱਕ ਕੁੱਕਰ ਕੜਾਈ ਅਤੇ ਅੱਜ ਤੁਹਾਨੂੰ ਫਿਰ ਤਰੀਕਾ ਦੱਸਦੇ ਹਾਂ ਅਤੇ ਇਸ ਤੋਂ ਬਾਅਦ ਤੁਸੀਂ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਉ ਅਤੇ ਅੱਜ ਮੈਂ ਕਰਨੇ ਆ ਵੀਡੀਓ ਸ਼ੁਰੂ। ਕਰਾਚੀ ਦੀ ਮਸ਼ਹੂਰ ਚਿਕਨ ਕੜਾਈ ਹੈ ਅਤੇ ਅੱਜ ਫਿਰ ਤੁਹਾਨੂੰ ਤਰੀਕਾ ਦੱਸਦੇ ਹਾਂ ਸ਼ੁਰੂ ਕਰਦੇ ਹਾਂ। ਦੱਸ ਸਕਦੇ ਤੁਸੀਂ ਕਿ ਅਸੀਂ 2 ਕਿੱਲੋ ਗੋਸ਼ਤ ਲਏ ਆ 2 ਕਿੱਲੋ ਸਾਬਤ ਮਸਾਲੇ ਹੈ, ਹਲਦੀ, ਸੂਈਆਂ ਮਿਰਚਾਂ, ਲੂਣ, ਧਨੀਆ ਪੀਸੇ ਆ, ਪੀਸੇ ਮਸਾਲੇ ਦੇ, ਕਾਲੀਆਂ ਮਿਰਚਾਂ ਪੀਸੀਆਂ ਦੇ, ਅਦਰਕ ਦੇ ਥੋਮ ਦਾ ਅਸੀਂ ਬਣਾਇਆ ਪੇਸਟ ਦੇ, ਟਮਾਟਰ ਲਏ ਅਸੀਂ ਪੀਲਾ ਪੂਲਾ 1 ਕਿੱਲੋ, ਮਿਰਚਾਂ ਲਈਆਂ ਨਰੀਆਂ ਦੇ, ਦਹੀਂ ਲਿਆ 1/2 ਕਿੱਲੋ ਦੇ। ਅੱਜ ਫਿਰ ਕਰਨੇ ਆ ਸ਼ੁਰੂ। ਅਸੀਂ ਹਜੇ ਤੱਕ ਘਰ ਦਾ ਧਨੀਆ ਪਾਉਣਾ ਸੀ ਵਿੱਚ, ਹਜੇ ਤੱਕ ਸਕਦੇ ਤੁਸੀਂ ਧਨੀਆ ਅਸੀਂ ਜਾ ਪਾਉਣਾ ਘਰ ਦਾ, ਹਜੇ ਘਰ ਦਾ ਧਨੀਆ ਸਾਨੂੰ ਬਾਜ਼ਾਰੋਂ ਲੈਣ ਦੀ ਜ਼ਰੂਰਤ ਤਾਂ ਨਹੀਂ ਪੈਂਦੀ। ਦੇ 2 ਕੱਪ ਤੇਲ ਪਾਇਆ ਦੇ, ਸਾਡੀ ਮੁਰਗੀ 2 ਕਿੱਲੋ ਹੈ ਤਾਂ ਆਪਣੇ ਹਿਸਾਬ ਦੇ ਤੁਸੀਂ ਪਾ ਸਕਦੇ ਹੋ। ਸਾਬਤ ਮਸਾਲੇ ਹੱਥਾਂ ਲਿਆ, ਬਿਸਮਿਲ੍ਲਾ ਰਹਿਮਾਨ ਰਹੀਮ, ਅਦਰਕ ਦਾ ਪੇਸਟ ਸੱਤਲਨੇ ਆ ਅਸੀਂ ਪਾ ਸਰਿਆ ਅਦਰਕ ਦਾ ਪੇਸਟ ਤੁਸੀਂ ਅਸੀਂ ਉਹਨਾਂ ਨੂੰ ਲਾਉਣਾ 2 ਤੋਂ 3 ਮਿੰਟ। ਅਸੀਂ ਇਹਦੇ ਕੋਲ ਗੋਸ਼ਤ ਪਾਲਦੇ ਹਾਂ ਵਿੱਚ, ਅਸੀਂ 2 ਕਿੱਲੋ ਗੋਸ਼ਤ ਪਾਇਆ ਵਿੱਚ। ਸਾਨੂੰ 2 ਤੋਂ 3 ਮਿੰਟ ਲਾਉਣਾ। ਤੁਸੀਂ ਥੱਲੇ ਅੱਗ ਬਾਲੀ ਸੀ ਉਹਦੇ ਪਕਾਉਣਾ ਲੋਹੇ ਦੀ ਕੜਾਹੀ 'ਚ ਹੈ, ਅਸੀਂ ਚੁੱਲ੍ਹੇ 'ਚ ਨਹੀਂ ਅੱਗ ਬਾਲੀ, ਅਸੀਂ ਅੱਜ ਬਾਹਰ ਇਹ ਬਾਲੀ ਹੈ, ਬਾਹਰ ਗੈਸ 'ਤੇ ਨਹੀਂ ਬਾਲੀ। ਚੰਗਾ ਭੁੰਨਣਾ 2 ਤੋਂ 3 ਮਿੰਟ। ਅੱਗ ਥੱਲੇ ਤੇਜ਼ ਰੱਖਦੀ ਹੈ ਅੱਗ, ਜੇ ਅੱਗ ਮੱਥੀ ਰੱਖੀਏ ਨਾ ਗੋਸ਼ਤ ਪਾਣੀ ਛੱਡ ਜਾਂਦਾ, ਬਹੁਤਾ ਗਲ ਜਾਂਦਾ, ਤਾਂ ਫਿਰ ਅਸੀਂ ਅੱਗ ਤੇਜ਼ ਰੱਖਣੀ ਹੈ। ਅਸੀਂ ਦੇਖੋ ਅਸੀਂ ਟਮਾਟਰ ਸੁੱਤਲਨੇ ਆ ਵਿੱਚ, ਟਮਾਟਰ ਇਹ ਦੇਖੋ ਅਸੀਂ ਟਮਾਟਰ ਪਾ ਲੈਣ ਉੱਤੇ, ਦਿਨ ਵੀ 5-6 ਮਿੰਟ ਦਮ ਦੇਣਾ। ਥਾਲ ਰੱਖ ਦਿੱਤਾ, ਸੱਤਲੀਆਂ ਸੂਈਆਂ ਮਿਰਚਾਂ ਦੇ, ਹਲਦੀ ਦੇ, ਲੂਣ, ਕੋਈ ਲੂਣ ਅਸੀਂ ਬਾਲਦੇ ਹਾਂ ਹੱਥ ਲਿਆ ਅਤੇ ਕੋਈ ਲੂਣ ਅਸੀਂ ਸੱਤਲੀਆਂ, ਅਤੇ ਟਮਾਟਰ ਅਸੀਂ ਤਾਂ ਇਹਦੇ 2-2 ਪੀਸ ਕੀਤੇ ਹੁੰਦੇ, ਸੋ ਇਹ ਛਿਲਕਾ ਸੌਖਾ ਲਾ ਜੇ ਸੱਤ ਪਾਇਆ ਬਿਸਮਿਲ੍ਲਾ। ਅਸੀਂ ਜੀਰਾ ਸੱਤਰ ਲਿਆ, ਬਿਸਮਿਲ੍ਲਾ ਰਹਿਮਾਨ ਰਹੀਮ, ਜੀਰਾ ਹੱਥ ਪਾਇਆ, ਲੱਸੀ ਲਾ ਲਿਆ, ਪਹਿਲੇ ਰੰਗ ਕਿੰਦਾ ਅਤੇ ਹੁਣ ਤੱਕ ਰੰਗ ਚੇਂਜ ਹੋਣ ਲੱਗ ਪਿਆ, ਸੁਬਹ ਸੁਬਹ ਆਉਣ ਲੱਗ ਪਿਆ। ਅਸੀਂ ਸੱਤ ਸੁੱਤ ਕੇ ਦਮ ਦੇ ਸਕਦੇ ਹਾਂ, ਇਹ ਦੇਖੋ ਇਹ ਵੀ 5-6 ਮਿੰਟ ਦੇਣਾ ਦਮ, ਇਹ ਅਸੀਂ ਛਿਲਕੇ ਲੈ ਮਾਤਰਾ ਨੂੰ ਦੇ ਦਮ ਨਾਲ ਹੀ ਲੈ ਜਾਂਦੇ ਨੇ, ਇਹ ਦੇਖੋ ਲੈ ਗਏ ਦਮ ਨਾਲ ਹੀ। ਬਲ ਗਿਆ ਗੋਸ਼ਤ ਬਣ ਗਈ ਹੈ, ਹੁਣ ਅਸੀਂ ਦਹੀਂ ਸੱਤਣੇ ਆ। ਕਾਲੀਆਂ ਮਿਰਚਾਂ ਦੇ ਗਰਮ ਮਸਾਲਾ ਥੋੜ੍ਹਾ ਥਰਕ ਪਾਉਂਦੇ ਹਾਂ ਕਿ ਭੁੱਜ ਲਏ, ਅਸੀਂ ਸੁੱਕਾ ਤਾਂ ਨਹੀਂ ਪਾਉਂਦੇ, ਬਿਸਮਿਲ੍ਲਾ ਰਹਿਮਾਨ ਰਹੀਮ। ਬਹੁਤ ਸਾਰੇ ਅਸੀਂ ਦੇਖੋ ਕਿੱਦਾਂ ਸੋਹਣਾ ਸਾਡਾ ਰੰਗ ਹੋ ਗਿਆ ਸਾਡੇ ਇਹਦਾ ਕੜਾਹੀ ਦਾ, ਚਿਕਨ ਕੜਾਹੀ ਕਰਾਚੀ ਦੀ ਮਸ਼ਹੂਰ। ਸਾਡੀ ਆਉਂਦੀ ਉਬਲ ਪੱਕਣੇ ਦਾ ਨੇੜੇ ਲੱਗ ਗਈ ਹੈ, ਬਹੁਤ ਤੇਜ਼ ਉਬਲਦਾ ਪਿਆ, ਜੇ ਅਸੀਂ ਇਹ ਸੁੱਤਣ ਲਿਆ ਲੱਗ ਰਿਹਾ ਕਦੋਂ, ਬਿਸਮਿਲ੍ਲਾ ਰਹਿਮਾਨ ਰਹੀਮ।
ਜ਼ਿਆਦਾ ਬਾਰੇ ਮੈਂ ਕਿਤੇ ਬਣਾ ਲੈਂਦੇ ਹਾਂ। ਦੇ ਅਸੀਂ ਧਨੀਆ ਪਾਉਂਦੇ ਹਾਂ, ਲੋਕ ਪਾਉਂਦੇ ਤਾਂ ਨਹੀਂ ਹੈ, ਦੇ ਸਾਨੂੰ ਨਾ ਸਹੀ ਲੱਗਦਾ, ਨਾਲੇ ਸੋਹਣਾ ਲੱਗਦਾ ਆਉਂਦੇ ਅਤੇ ਨਾਲੇ ਜ਼ਾਇਕਾ ਸਹੀ ਹੁੰਦਾ, ਨਾਲੇ ਖੁਸ਼ਬੂ ਸਹੀ ਲੱਗਦੀ, ਖੁਸ਼ਬੂ ਸਹੀ ਹੁੰਦੀ ਸੀ। ਅਸੀਂ ਪਾ ਲਿਆ ਸਾਰੇ, ਅਸੀਂ ਦੇਖੋ ਅਸੀਂ ਮਿਰਚਾਂ ਹੱਥਾਂ ਲਿਆ, ਅਸੀਂ ਕੱਟ ਕੇ ਰੱਖੀਆਂ ਨੇ। ਬਿਸਮਿਲ੍ਲਾ ਰਹਿਮਾਨ ਰਹੀਮ, ਮਿਰਚਾਂ ਹੱਥ ਸਰੀਆਂ ਨੇ, ਦੇ ਅਸੀਂ ਹੁਣ ਬਾਅਦ ਧਨੀਆ ਹੱਥਾਂ ਲਈਆਂ। ਬਿਸਮਿਲ੍ਲਾ ਰਹਿਮਾਨ ਰਹੀਮ, ਬਿਸਮਿਲ੍ਲਾ ਰਹਿਮਾਨ ਰਹੀਮ। ਤੁਹਾਨੂੰ ਸਾਡਾ ਤਿਆਰ ਹੋ ਗਿਆ ਚਿਕਨ ਕੜਾਹੀ, ਦੇ ਅਸੀਂ ਜ਼ਿਆਦਾ ਟੇਸਟ ਕੀਤਾ, ਬੜੇ ਮਜ਼ੇਦਾਰ, ਅਤੇ ਤੁਸੀਂ ਵੀ ਬਣਾਓ ਘਰ 'ਚ, ਟਰਾਈ ਕਰੋ, ਮੈਨੂੰ ਕਮੈਂਟ 'ਚ ਕਮੈਂਟ ਕਰਕੇ ਦੱਸਿਓ ਕਿੰਨਾ ਲੱਗਿਆ ਤੁਹਾਨੂੰ ਸਾਡਾ ਕੜਾਹੀ ਗੋਸ਼ਤ ਅਤੇ ਕੜਾਹੀ ਚਿਕਨ ਕੜਾਹੀ, ਜੇ ਤੁਸੀਂ ਚੱਕ ਸਕਦੇ ਹੋ। ਤਿਆਰ ਹੋ ਗਿਆ, ਅਸੀਂ ਹੁਣ ਖਾਂਦੇ ਹਾਂ, ਜੇ ਤੁਸੀਂ ਜ਼ਰੂਰ ਟੇਸਟ ਕਰਿਓ। ਇਹਨੂੰ ਨਾਨ ਨਾਲ ਵੀ ਖਾ ਲਈਦਾ, ਰੋਟੀ ਨਾਲ ਵੀ ਖਾ ਲਈਦਾ, ਅਤੇ ਫਿਰ ਕਮੈਂਟ ਕਰਕੇ ਦੱਸਿਓ, ਅਤੇ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਓ, ਅਤੇ ਫਿਰ ਚਲੋ ਅੱਲਾ ਹਾਫਿਜ਼। ਪਾਕਿਸਤਾਨ ਜਿੱਦਾਂ ਬਹੁਤ ਜਿੱਦਾਂ ਬਹੁਤ।